असलाकुम मैं राणा एजाज की हाल चाल है जी कि सेहत तबीयत हर तरह खैरीत है जी अज एक नवी कॉल के नाल बहुत मजेदार कॉल अज आप मीने कॉल जा रहे हैं जेडी माजी च बहुत ਹਟ ਕਾਲ ਰਹੀ ਹੈ ਮੀਨੇ ਵਾਲੀ ਤੇ ਉਹਨੂੰ ਹੀ ਅਸੀਂ ਕਾਲ ਕਰਨ ਜਾ ਰਹੇ ਹਾਂ ਮਜ਼ੇਦਾਰ ਇਨਸ਼ਾਅੱਲਾ ਤੇ ਬਹੁਤ-ਬਹੁਤ ਸ਼ੁਕਰੀਆ ਮੁਹੱਬਤਾਂ ਦਾ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਤੇ ਜਿਹੜੇ ਦੋਸਤ ਦੋਸਤ ਅੱਜ ਪਹਿਲੀ ਵਾਰੀ ਮੇਰਾ ਚੈਨਲ ਦੇਖ ਰਹੇ ਆ ਸਭ ਤੋਂ ਪਹਿਲੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਨਾਲ ਘੰਟੀ ਦਾ ਬਟਨ ਦਬਾਓ ਜਿਲੇ ਘੰਟੀ ਦਾ ਬਟਨ ਦਬਾਓਗੇ ਜਦੋਂ ਵੀ ਮੇਰੀ ਵੀਡੀਓ ਜਿਹੜੀ ਆ ਤੁਹਾਡੇ 'ਲ ਆਏਗੀ ਤੇ ਤੁਹਾਨੂੰ ਤੁਹਾਡੇ ਕੋਲ ਘੰਟੀ ਵੱਜੇਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਰਾਣੇ ਇਜਾਜ਼ ਦਾ ਜਿਹੜਾ ਵੀਡੀਓ ਹੈ ਉਹ ਆ ਗਿਆ ਹੈ लॉजिक कॉल मिलाने हैं जी हेलो हेलो अस्सलाम वालेकुम क्या हाल है मिलने ठीक है जी कौन बोल है रहे हैं जी राणा इजाज बोल रहे हैं। ਪਹਿਲੇ ਵੀ ਭਾਜੀ ਸੋਣੀ ਸੋਣੀ ਲੱਗਦਾ ਰਾਣਾ ਇਜਾਜ਼ ਬੋਲ ਰਿਹਾ ਯਾਰ ਤੇਨੇ ਮੈਂ ਮਜ਼ਾਕ ਕੀਤਾ ਸੀ ਨਾ ਪਹਿਲੇ ਓਏ ਓ ਜਿਹੜੇ ਇੱਕ ਵਾਰੀ ਭਾਜੀ ਜਾਣਦੇ ਹੋ ਤੁਸੀਂ ਫਿਰ ਲੱਗਦਾ ਗਰੀਬ ਦਾ ਕਿਤੇ ਨਹੀਂ 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 ਮੀਨੇ ਯਾਰ ਉਹ ਤੇਰੀ ਆਪਣੀ ਜ਼ਿਆਤੀ ਸੀ ਯਾਰ ਜਦੋਂ ਮੈਂ ਤੈਨੂੰ ਕਿਹਾ ਜੂ ਸੀਗਾ ਕਿ ਯਾਰ ਤੂੰ ਮੇਰੇ ਕਿਨੂ ਨਹੀਂ ਤੋੜਨੇ ਕਿਸੇ ਬੰਦੇ ਨੇ ਯਾਰ ਭਾਜੀ ਜਾਣਦੇ ਹੋ ਮੈਂ ਕੰਮ ਤੋਂ ਹੁਣੇ ਘਰ ਆਇਆ ਭਾਜੀ ਤੁਸੀਂ ਫਿਰ ਸ਼ੁਰੂ ਹੋ ਗਏ ਭਾਜੀ ਨਹੀਂ 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 ਹੁਣ ਮਜ਼ਾਕ ਨਹੀਂ ਕਰਨਦਾ ਯਾਰ ਉਦੋਂ ਤੇਰੀ ਮੇਰੀ ਗੱਲ ਜਦੋਂ ਹੋ ਜੂ ਗਈ ਸੀ ਕਿ ਮੇਰਾ ਕਿਨੂੰ ਨਹੀਂ ਕਿਸੇ ਨੇ ਤੋੜਨਾ ਤੇ ਤੇਰਾ ਹੱਕ ਹੀ ਨਹੀਂ ਸੀ ਬਣਦਾ ਯਾਰ ਤੇਰੇ ਬੰਦਿਆਂ ਦਾ ਯਾਰ ਉਹ ਯਾਰ ਮੈਨੂੰ ਲੱਗਦਾ ਕਿ ਨਾ ਤੇਰੇ ਦਿਮਾਗ ਦੀ ਨਾ ਕੋਈ ਛੈ ਲਗੀ ਹੋਈ ਤੂੰ ਹਲੇ ਵੀ ਉਹੀ ਗੱਲ ਕਰੀ ਜਨਾਂ ਯਾਰ ਇੱਕ ਜਗ੍ਹਾ ਹੀ ਨਹੀਂ ਸੀ ਲਈ ਇੱਕ ਘਰ ਹੀ ਨਹੀਂ ਸੀ ਬਣਿਆ ਤੇ ਮੈਂ ਕਿਨੂੰ ਭਾਈ ਹਵਾਜ ਤੋੜ ਲੈਣਾ ਯਾਰ ਮੀਨੇ ਮੈਂ ਬਸ ਫੋਨ ਇਸ ਵਾਸਤੇ ਕੀਤਾ ਮੈਂ ਤੇ ਤੂੰ ਮਾਫੀ ਮੰਗਣੀ ਸੀ ਨਹੀਂ ਕੋਈ ਗੱਲ ਨਹੀਂ ਭਾਜੀ ਭਰਾਓ ਤੁਸੀਂ ਕੋਈ ਗੱਲ ਨਹੀਂ ਮਾਫੀ ਵਾਲੀ ਕਿਹੜੀ ਗੱਲ ਹੈ ਭਾਜੀ ਨਹੀਂ ਨਹੀਂ ਉਹ ਜਿਹੜਾ ਮੈਂ ਤੇਰਾ ਕੰਮ ਬੰਦ ਕਰਾਤਾ ਸੀ ਨਾ ਸਾਈਕਲ ਬਾਹਰ ਕਢਾਉਂਦੇ ਸੀ ਉਹ ਮੇਰੇ ਰੱਬਾ ਆਹੋ ਯਾਰ ਤੂੰ ਸਾਈਕਲ ਬਾਹਰ ਕਢਾਉਂਦੇ ਸੀ ਨਾ ਤੇ ਫੇਰ ਸਾਨੂੰ ਗੁੱਸਾ ਸੀ ਅਸੀਂ ਤੇਰੇ ਸਾਰੇ ਕਿਨੂੰ ਤੋੜ-ਤੋੜ ਕੇ ਤੋੜ-ਤੋੜ ਕੇ ਇਹਨੇ ਤੋੜੇ ਸਾਰੇ ਖਾ ਗਏ ਨਹੀਂ 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 ਅੱਛਾ ਮੀਨੇ ਸਾਰੀ ਗੱਲਾਂ ਛੱਡੀ ਯਾਰ ਹੁਣ ਕੰਮ ਜਿਹੜਾ ਨਾ ਉਹ ਸਹੀ ਜੈਨੂਨ ਕੰਮ ਆ ਉਹ ਮੇਰਾ ਰੰਗ ਦਾ ਬੰਦਾ ਤਾਂ ਬੇਯਕੀਨਾ ਜਿਹਾ ਹੀ ਆ ਹੁਣ ਮੈਂ ਕਰਾਂ ਕਿ ਨਾ ਕਰਾਂ ਯਕੀਨ ਬੜਾ ਨੀ ਕੰਮ ਬੜਾ ਜ਼ਬਰਦਸਤ ਆ ਅੱਛਾ ਮੀਨੇ ਮੈਂ ਤੈਨੂੰ ਦੱਸਿਆ ਸੀ ਨਾ ਮੈਂ ਸਰਕਾਰੀ ਮੁਲਾਜ਼ਮ ਆ ਆਹੋ ਵਾਸਤੂ ਵੀ ਲੱਗਦੀ ਤੇ ਮੀਨੇ ਉਹ ਆਪਾਂ ਨਾ ਕਰਾ ਰਹੇ ਇੱਕ ਦੌੜ ਉਹਦੇ ਚ ਰੇਸਟ ਹਾਂਜੀ ਹਾਂਜੀ ਰੇਸ ਲਗਣੀ ਹੈ ਤੇ ਉਹਦੇ ਚ ਨਾ ਫੋਟ ਪਾਤਰਾਂ ਕਰਨੇ ਨਹੀਂ ਨਹੀਂ ਤੂੰ ਰੰਗ ਕਰਨਾ ਹੈ ਉਹਦੇ ਚ ਰੇਸ ਚ ਇਹ ਦੇਖੋ ਨਾ ਕੰਮ ਨਿਕਲਿਆ ਭਾਜੀ ਪਤਾ ਲੱਗਾ ਕਿ ਕੰਮ ਹੈ ਭਾਜੀ ਉਹ ਤਾਂ ਕੋਈ ਕੰਮ ਹੀ ਨਹੀਂ ਸੀ ਨਾ ਹਾਂਜੀ ਪੂਰੀ ਦੁਨੀਆ ਦੇ ਸਾਰੇ ਮੁਲਕ ਹਿੱਸਾ ਲੈ ਰਹੇ ਰੇਸ ਚ ਕਿਉਂ ਭਾਜੀ ਕਰੋਨਾ ਲਿਆਂਦੀ ਦੌੜ ਤੇ ਉਹ ਸਾਰੇ ਮੁਲਕਾਂ ਚੋਂ ਖੋਤੇ ਆ ਰਹੇ ਆ ਖੋਤੇ ਖੋਤੇ ਖੋਤਿਆਂ ਦੀ ਦੌੜ ਹੈ ਨਾ ਕਰਾਰੇ ਹੋ ਖੋਤੇ ਦੀ ਹਾਂਜੀ ਖੋਤਿਆਂ ਦੀ ਹਰ ਮੁਲਕ ਨੇ ਆਪਣਾ ਇੱਕ ਇੱਕ ਖੋਤਾ ਭੇਜਣਾ ਆ ਚਲੋ ਜਾਨਵਰਾਂ ਦੀ ਹੋਏਗੀ ਮੈਂ ਤਾਂ ਉੱਥੇ ਰੰਗ ਹੀ ਕਰਨੇ ਡੈਟ੍ਰੈਕਟਰ ਤੁਸੀਂ ਕਰਾਉਣੇ ਹੋਣੇ ਫੁੱਟਪਾਥ ਨਹੀਂ ਨਹੀਂ ਨਿਸ਼ਾਨ ਬਣਾਉਣੇ ਹੋਣੇ ਆ ਕੋਈ ਨਹੀ ਦੌੜਾ ਦੇ ਨਹੀਂ ਮੀਨੇ ਤੂੰ ਨਾ ਖੋਤੇ ਰੰਗ ਕਰਨਾ ਹੈ ਸਹੀ ਸ਼ਾਬਾਸ਼ ਖੋਤੇ ਰੰਗ ਕਰਨੇ ਹਾਂਜੀ ਮੈਂ ਹਾਂਜੀ ਮੈਂ ਮੀਨੇ ਨੇ ਖੋਤੇ ਰੰਗ ਕਰਨੇ ਤੁਹਾਡੇ ਦੌੜ ਵਾਲੇ ਹਾਂਜੀ ਮੀਨੇ ਉਹ ਇਹ ਸਲੀਪ ਇਹਨੂੰ ਫੋਨ ਕੀਤਾ ਹਾਂਜੀ ਇਸ ਵਾਰ ਸੋ ਉਹ ਅਸਲ ਜੇ ਦੌੜ ਚ ਨਾ ਫਿਰ ਹੈਲੀਕਾਪਟਰ ਤੋਂ ਵੀ ਕੈਮਰਾ ਲੱਗਾ ਹੈ ਹੁਣ ਨਾ ਫਿਰ ਉਹ ਖੋਤੇ ਰਲ ਨਹੀਂ ਜਾਣਗੇ ਨਾਲੇ ਜਿਹੜੇ ਉੱਤੋਂ ਕੈਮਰੇ ਦਿਖਾਵਾਂਗੇ ਨਾ ਖੋਤੇ ਦੌੜ ਦੇ ਸੋਹਣੇ ਲੱਗਣਗੇ ਉਦਾਂ ਤੇ ਸਾਰੇ ਤੈਨੂੰ ਪਤਾ ਗਰੇ ਹੀ ਹੁੰਦੇ ਨਾ ਯਾਨੀ ਕਿ ਤੁਹਾਡੇ ਖੋਤੇ ਨਾ ਰਲ ਜਾਣੇ ਉਹਨੂੰ ਰੰਗ ਕਰਾਉਣ ਲਈ ਤੁਸੀਂ ਮੀਨਾ ਨੂੰ ਫੋਨ ਕੀਤਾ ਹਾਂਜੀ ਮੀਨਾ ਬਹੁਤ ਅੱਛਾ ਪ੍ਰੋਜੈਕਟ ਹੈ ਮੀਨਾ ਵੇਖ ਵੀਰੇ ਜੇ ਖੋਤੇ ਰਲਣ ਦੀ ਵਜ੍ਹਾ ਤੇ ਮੈਨੂੰ ਫੋਨ ਕੀਤਾ ਤੇ ਮੇਰੇ ਕੋਲ ਇੱਕ ਤਰਕੀਬ ਹੈ ਉਹ ਲਾਲਾ ਭਰਾਵਾ ਤੇਰੀ ਮੇਰੀ ਜਾਨ ਛਾੜੇ ਓਕੀ ਜੀ ਜਿੰਨੇ ਖੋਤੇ ਆਉਣੇ ਹਾਂਜੀ ਕੋਈ ਤੂੰ 2000 ਦੀਆਂ ਸ਼ਰਟਾਂ ਲੈ ਲੈ ਰੰਗ ਵਰਗੀਆਂ ਹਰ ਖੋਤੇ ਨਾਲ ਤਸਵੀਰ ਖਿਚਾ ਆ ਪਤਾ ਲੱਗੇ ਵੀ ਨੀਲੇ ਰੰਗ ਦਾ ਖੋਤਾ ਅਫਰੀਕਾ ਦਾ ਸੀ ਇਹ ਪੀਲੀ ਸ਼ਰਟ ਵਾਲਾ ਅਮਰੀਕਾ ਦਾ ਸੀ ਤੇ ਅੱਜ ਨੇ ਕਾਲ ਕੀਤੀ ਖੋਤਾ ਸੀ ਖੋਤੇ ਯਾਰ ਮੀਨੇ ਮੈਂ ਸੀਰੀਅਸ ਗੱਲ ਕਰ ਰਹੇ ਆ ਯਾਰ ਤਾਂ ਮੈਂ ਤਾਂ ਮੇਰਾ ਖਲਾ ਮੇਰੇ ਤਾਂ ਬਾਗੇ ਨਿਕਲਦੇ ਆ ਸੱਚ ਕੇ ਹਾ 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 ਮਮੀ ਦਾ ਸੀਰੀਅਸ ਹੀ ਕਹਿਣਿਆ ਯਾਰ ਕਮਾਲ ਆ ਖੋਤੇ ਰੰਗ ਰਨੇ ਮੈਂ ਯਾਰ ਮੀਨੇ ਓਏ ਤੂੰ ਇੱਕ ਪਾਗਲ ਆਤਮੀ ਆ ਤੂੰ ਇੰਜ ਕਰ ਤੂੰ ਮੇਰੇ ਕੋ ਆ ਘਾਰ ਮੈਂ ਤੈਨੂੰ ਬੈਠੇ ਚ ਬਿਠਾਉਣਾ ਤੇ ਪੁਰਾਣੇ ਰੰਗ ਵਾਲੇ ਜਿੰਨੇ ਡੱਬੇ ਮੇਰੇ ਕੋਲ ਸੁੱਕੇ ਹੋਏ ਨਾ ਮੈਂ ਸਾਰੇ ਚੁੱਕ ਕੇ ਤੇਰੇ ਸਿਰ 'ਚ ਮਾਰਦਾ ਤੇਰੀ ਹੋਸ਼ ਕਾਇਮ ਹੋਵੇ ਤੈਨੂੰ ਪਤਾ ਲੱਗੇ ਗੱਲ ਕਰਨੀ ਕੀ ਹੈ ਕਿਹਨਾ ਕਰਨੀ ਮੈਨੇ ਕਿੰਨੇ ਪੈਸੇ ਲੈਏਗਾ ਇੱਕ ਖੋਤੇ ਉਹ ਪਾਗਲੇ ਆਦਮ ਕਾਦੇ ਪੈਸੇ ਰੰਗ ਕਰਨ ਦੇ ਮਟੀਰੀਅਲ ਸਾਡਾ ਹੈ ਉੱਤੇ ਵੀ ਤੂੰ ਹੀ ਰੰਗ ਕਰਨੇ ਆ ਬੁਰਸ਼ ਵੀ ਅਸੀਂ ਦੇਣੇ ਤੈਨੂੰ ਵਾ 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 ਬੁਰਸ਼ ਵੀ ਤੁਸੀਂ ਦੇਣੇ ਜਨਾਬ ਹਾਂਜੀ ਹਾਂਜੀ ਮੈਂ ਉਹ ਪੁਰਸ਼ ਨਾ ਮੋਠਾ ਦੇ ਪਾਸੋਂ ਤੇਰੀਆਂ ਨਾਸਾਂ ਚ ਤੋਂਦੇ ਨਾ ਤੇ ਜਿਹੜਾ ਤੇਰਾ ਦਿਮਾਗ ਹਿੱਲਿਆ ਨਾ ਆਪਣੀ ਜਗ੍ਹਾ ਤੇ ਆ ਜਾਏਗਾ ਪਾਗਲਾ ਉਹ ਖੋਤੇ ਰੱਬ ਨੇ ਰੰਗ ਕੀਤਾ ਉਹਨਾਂ ਤੇ ਯਕੀਨ ਕਰ ਲੈ ਓਏ ਰਾਵੀ ਦੇ ਖੋਤੇ ਨਹੀਂ ਨਹੀਂ ਉਹ ਗਰੇ ਰੰਗ ਹੀ ਹੁੰਦਾ ਨਾ ਤੇ ਮੀਨੇ ਪੂਸ਼ ਕੰਨ ਤੇ ਖੁਰ ਜਿਹੜੇ ਆ ਇਹ ਸਾਰੇ ਵੱਖਰੇ ਵੱਖਰੇ ਰੰਗਾਂ ਦੇ ਕਰਨੇ ਹੈ ਓ ਯਾ ਲੈ ਇੱਕ ਬੰਦਾ ਕਿੱਥੋਂ ਖੁਰ ਤੋਂ ਕੇ ਮੇਰੇ ਪਿੱਛੇ ਪੈ ਗਿਆ ਓ ਖੋਤੇ ਰੰਗ ਬਰੰਗਾ ਰੰਗ ਕਰਨਾ ਯਾਰ ਮੈਂ ਕਿਉਂ ਕਰਾਂ ਵੀ ਮੈਂ ਪਾਗਲਾ ਯਾਰ ਖੋਤੇ ਨੂੰ ਰੰਗ ਕਰਾਂ ਯਾਰ ਹਾਂ ਬਸ ਗਿੱਲੇ ਖੋਤੇ ਨੂੰ ਨਾ ਕੋਈ ਹੱਥ ਨਾ ਲਾਵੇ ਜਦੋਂ ਤੱਕ ਸੁੱਕ ਨਾ ਜਾਵੇ ਖੋਤਾ ਇੱਕ ਖੋਤੇ ਨੂੰ ਰੰਗ ਕਰਕੇ ਨਾਲ ਲੇ ਕੇ ਪੱਖਾ ਲਾਈ ਜਾਈਏ ਅਮিনে 200 ਤੇ 10 ਖੋਤੇ ਨੇ ਬੱਲੇ 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 210 ਨਹੀਂ 211 ਹੁਣੇ ਆਪਣੇ ਆਪ ਨੂੰ ਤਾਂ ਗਿਣ ਲੈ ਵਿੱਚ ਉਹ ਖੋਤੇ ਚੰਗੀ ਭਲੀ ਮੇਰੀ ਰੰਗ ਸਾਜ਼ ਤਬੀਅ ਸੀ ਮੇਰੀ ਰੇੜੀ ਵਾਲੀ ਤਬੀਅਤ ਕਰ ਦਿੱਤੀ ਤੂੰ ਅੱਛਾ ਤੇ ਇਸ ਤਰ੍ਹਾਂ ਆ ਕਿ ਉਹ ਮੈਂ ਤੈਨੂੰ ਇੱਕ ਜਗ੍ਹਾ ਲੈ ਦੂੰਗਾ ਉੱਥੇ ਰੋਜ਼ਾਨਾ 10 ਖੋਤੇ ਲੈ ਆਂਦੇ ਅੱਛਾ ਤੇ ਰੰਗ ਕਰਕੇ ਸਕਾ ਕੇ ਤੇ ਫਿਰ ਵਾਪਸ ਛੱਡਿਆਂਦੇ ਪੂਰੇ ਕਰਾ ਕੇ ਹੈ ਖੋਤਾ ਗੁੰਮੇ ਨਾ ਕੋਈ ਜਾਂ ਨਾ ਕਰ ਹਾਂਜੀ ਹਾਂਜੀ ਕੋਤਾ ਤੇ ਦਲੱਤੀ ਬਹੁਤ ਭੈੜੀ ਮਾਰਦਾ ਜਿੱਥੇ ਦਲੱਤੀ ਮਾਰਦਾ ਕਿਲੋ ਜੇ ਆਲੂ ਬਣ ਜਾਂਦਾ ਉਥੇ ਨਹੀਂ ਮੈਨੇ ਉਹਦੇ ਚ ਦਲੱਤੀ ਦਲੁੱਤੀ ਐ ਲਕੋਈ ਰੋਲਾ ਨਹੀਂ ਤੁਹਾਨੂੰ ਨਾ ਮੈਂ ਹੈਲਮਟ ਲੈ ਦੇਨੇ ਹੈਲਮਟ ਪਾ ਕੇ ਮੂੰਹ ਬਚਾ ਲਵਾ ਤੇ ਥੱਲੋਂ ਦਲੱਤੀਓ ਦਲੱਤੀ ਹੋ ਜਿਵਾ ਛਾਵਾ ਨਹੀਂ ਉਹਨਾਂ ਦੀ ਦਲੱਤੀ ਕੱਢੀ ਹੋਈ ਹੈ ਜਿਵੇਂ ਸੱਪ ਦਾ ਡੰਗ ਨਹੀਂ ਕੱਢਦੀਦਾ ਇਹ ਖੋਤੇ ਦੀ ਦਲੱਤੀ ਸੀ ਜਾਂ ਨਿਆਣੇ ਦੀ ਦਾੜ੍ਹ ਸੀ ਜਿਹੜੀ ਕੱਢ ਕੇ ਬਾਹਰ ਰੱਖਦੀ ਹੈ ਮੈਨੂੰ ਨਾ ਖਪਾ ਯਾਰ ਫੋਨ ਬੰਦ ਕਰ ਦੇ ਓਏ ਬੰਦ ਕਰ ਦੇ ਫੋਨ ਨਾ ਖਪਾ ਮੈਨੂੰ ਓਏ ਓਏ ਬਾਦਸ਼ਾਹੀ ਦੌਰ ਦੇ ਆਖਰੀ ਪਾਗਲ ਖੋਤੇ ਹਾ ਤੇਰਾ ਬੇੜਾ ਤਰ ਜਾਏ 30 ਰੁਪਏ ਖੋਤੇ ਦੇਨੇ ਤੈਨੂੰ ਬੱਲੇ ਬੱਲੇ ਓ ਤੇਰੇ ਹਾਤਮ ਤਾਇਆ ਤੇਰੀ ਸੁਦਾਗਰੀ ਦਾ ਫੇੜੇ ਮੂੰ 30 ਰੁਪਏ ਖੋਤਾ ਰੰਗ ਕਰਨ ਦੇ ਓ ਭਾਈ ਓਏ ਮੈਂ ਕੀ ਹੱਥ 'ਚ ਖੋਤਾ ਫਟ ਕੇ ਰੰਗ ਕਰਨਾ ਜਰਸੀ ਯਾਰ ਗੱਲ ਕੀ ਕਰਨ ਦੇ ਬਈ ਜਾਨਵਰ ਵੀ ਮੈਂ ਓ ਕਰਨਾ ਜਿਹਨੂੰ ਅਕਲ ਨਾਲ ਮੌਤ ਤੇ ਰੁਪਈਆ ਵੀ 30 ਹਾਂਜੀ ਓ ਬਹੁਤ ਜ਼ਬਰਦਸਤ ਜਿੰਨਾ ਅੱਛਾ ਰੰਗ ਕਰੇਗਾ ਨਾ ਤੇ ਅਗਰ ਤੂੰ ਬਹੁਤ ਅੱਛਾ ਰੰਗ ਕਰੇਗਾ ਤੇ ਤੇਨੂੰ 5 ਰੁਪਏ ਫੀਕ ਖੋਤਾ ਇਨਾਮ ਵੀ ਦਿੱਤਾ ਜਾਏਗਾ ਤੇ ਜੇ ਮੈਂ ਤੈਨੂੰ ਉਥਾ ਹੀ ਕਿਸੇ ਖੋਤੇ ਦੇ ਨਾਲ ਬੰਦਿਆ ਫਿਰ ਕੀ ਮੈਨੂੰ ਇਨਾਮ ਮਿਲੇਗਾ ਇਹ ਵੀ ਦੱਸ ਦੇ ਭਾਈ ਯਾਰ ਮੀਨੇ ਮਜ਼ਾਕ ਨਹੀਂ ਹੈਗਾ ਯਾਰ ਤੂੰ ਗੱਲ ਮਜ਼ਾਕ ਚ ਪਾਈ ਹੋਈ ਹੈ ਆਹੋ ਦਾਨਸ਼ਵਰ ਸਾਹਿਬ ਤੁਸੀਂ ਤਾਂ ਮੇਰੇ ਨਾਲ ਮੁਲਕੀ ਹਾਲਾਤ ਤੇ ਤਫਸਰ ਕਰ ਰਹੇ ਹੋ ਹਨਾ ਇਹ ਮਜ਼ਾਕ ਨਹੀਂ ਹੈ ਤੇ ਤੇਰੀ ਮਿਹਰਬਾਨੀ ਹੈ ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਗਿੱਲੇ ਗਿੱਲੇ ਖੋਤੇ ਨੂੰ ਕੋਈ ਬੰਦਾ ਹੱਥ ਨਾ ਲਾਵੇ ਸਰ ਫਿਕਰ ਨਾ ਕਰੋ ਮੈਂ ਖੋਤੇ ਰੰਗ ਕਰਾਂਗਾ ਪਹਿਲੇ ਫਿਰ ਨਿਚੋੜ ਨਿਚੋੜ ਕੇ ਤਾਰਾ ਦੇ ਪਾਵਾਂਗਾ ਤਾਂ ਕਿ ਗਿੱਲਾ ਰਵਾਈ ਨਾ ਖੋਤਾ ਫੇਰ ਆਜ਼ੀਰ ਹਾਂ ਲੈ ਜਾ ਤੂੰ ਅੰਜ ਰੱਖਿਆ ਹੋਇਆ ਜਿਵੇਂ ਪਤਾ ਨਹੀਂ ਮੇਰੇ ਨਾਲ ਰਿਸ਼ਤੇ ਦੀ ਗੱਲ ਕਰਨਿਆ ਮਾਮਾ ਹੀ ਦਾਨ ਹੋਵੇ ਮੀਨੇ ਲੇਬਰ ਕਿੰਨੀ ਹੋਏਗੀ ਤੇਰੇ ਨਾਲ ਜਿੰਨੀ ਲੇਬਰ ਮੈਂ ਲੈ ਕੇ ਪਹੁੰਚ ਰਿਹਾ ਤੇਰੇ ਦਰਵਾਜ਼ੇ ਤੇ ਉਹ ਖੋਤੇ ਬਾਹਰ ਨਿਕਲੇ ਇੱਕ ਵਾਰੀ ਦੱਸ ਕਿ ਤੁਰੇ ਨਾ ਤੈਨੂੰ ਲੇਬਰ ਦੀ ਨਹੀਂ ਲੇਬਰ ਰੂਮ ਦੀ ਲੋੜ ਆ ਖੋਤੇ ਮੈਂ ਇਕੱਲੇ ਨਹੀਂ ਕਰਨਾ ਮੀਨੇ ਨਹੀਂ 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 ਬੇਇਨਸਾਫੀ ਨਾ ਕਰੋ ਜਨਾਬ ਆਪਾਂ ਦੋਵਾਂ ਨੇ ਕਰਨਾ ਹੈ ਹਾਂ ਤੂੰ ਪੂਸ਼ਾ ਫੜਨੀ ਆ ਤੇ ਮੈਂ ਖੋਤਾ ਰੰਗ ਕਰਨਾ ਐਂਡਲਾ ਖੋਤਾ ਆਹ ਰੰਗ ਕਰਨਾ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਜੇ ਮੈਨੂੰ ਦਲੱਤੀ ਮਾਰੀ ਰੇ ਕੋ ਛਿੱਤਰ ਵੀ ਖਾਏਗਾ ਮੀਨੇ ਇਹਨਾਂ ਦੇ ਨੌ ਵੀ ਤੂੰ ਹੀ ਕੱਟਣੇ ਓਏ ਮੈਂ ਰੰਗ ਸਾਦਾ ਕਿ ਨਹੀਂ ਆ ਓਏ ਕੁਰੀਆਂ ਕੁਰੀ ਚੁੱਪ ਕੇ ਜਾ ਕੁਰੀਆਂ ਬਕਵਾਸ ਵੀ ਬੰਦ ਕਰ ਲੈ ਐਡਾ ਆਰਡਰ ਲੈ ਕੇ ਆਇਆ ਮੇਰੇ ਕੋ ਜਿਵੇਂ ਪਤਾ ਨਹੀਂ ਵਨ ਟ੍ਰੇਡ ਸੈਂਟਰ ਮੀਨੇ ਕੋ ਨਾ ਰੰਗ ਕਰਨਾ ਹਾਂ ਤੇ ਇਹਨਾਂ ਦੇ ਪੱਠੇ ਤੇ ਚੁੱਕਰ ਚੁੱਕਰ ਜਿਹੜਾ ਨਾ ਦਾਣਾ ਇਹਨਾਂ ਨੂੰ ਪਾਈਦਾ ਆ ਆ ਪਹਿਲੇ ਜਿਹੜਾ ਮੈਨੂੰ ਦਾਣਾ ਪਾ ਰਿਆ ਬੰਦ ਕਰ ਖੋਤੇ ਆ ਪੱਠੇ ਪਾਣੇ ਮੇਰੇ ਪੱਠਿਆਂ ਨੂੰ ਖਿੰਝ ਪਾਈ ਦਲੀ ਆ ਇਥੇ ਪਾਗਲ ਦੇ ਪੁੱਤਰ ਨਾਲ ਗੱਲ ਕਰਦੇ ਕਰਦੇ ਆ ਗਿਆ ਤੈਨੂੰ ਮੇਰਾ ਚੇਤਾ ਬਸ ਐਤ ਕੀ ਅੱਲਾਹ ਪਾਕ ਨੇ ਬੜਾ ਸਿੱਧਾ ਕਰ ਦੇਣਾ ਤੇਰਾ ਕੰਮ ਅੱਲਾ ਨੇ ਮੇਰਾ ਕੰਮ ਸਿੱਧਾ ਕਰ ਦੇਣਾ ਤਾਂ ਜੇ ਮੈਂ ਤੇਰੇ ਕੋਲ ਇੱਥੇ ਆ ਗਿਆ ਨਾ ਤਾਂ ਮੈਂ ਤੈਨੂੰ ਸਿੱਧਾ ਕਰ ਦੇਣਾ ਹੀ ਹੁਣ ਸਿੱਧੇ ਤਰ੍ਹਾਂ ਫੋਨ ਬੰਦ ਕਰ ਦੇ ਉਹ ਸਿੱਧੇ ਪਾਗਲਾ ਆ ਬਸ ਇਹ ਆ ਕਿ ਨਾਲ-ਨਾਲ ਪੱਠੇ ਖੋਈ ਗਿਆ ਨਾਲ-ਨਾਲ ਰੰਗ ਕਰੀ ਗਿਆ ਮੇਰੀ ਗੱਲ ਦਾ ਕੋਈ ਅਸਰ ਹੀ ਨਹੀਂ ਹੁੰਦਾ ਜਿਵੇਂ ਨਾ ਕੋ ਮੀਨਾ ਸਭ ਬਕਵਾਸ ਕਰ ਰਹੇ ਨੇ ਓਏ ਮੇਰੀ ਜਾਨ ਛੱਡ ਦੇ ਓਏ ਓਏ ਰੀਜ਼ਨੇਬਲ ਪਾਗਲਾ ਓਏ ਪਹਾੜੀ ਖੋਤੇਆ ਬਸ ਕਰ ਦੇ ਜਾ ਮੇਰਾ ਭਾਈ ਜਾ ਕੇ ਕਿਸੇ ਡਾਕਟਰ ਕੋਲ ਇਲਾਜ ਕਰਾ ਤਿੰਨ ਮਹੀਨੇ ਇਲਾਜ ਕਰਾ ਇਨਸ਼ਾਅੱਲਾ ਮੁੜ ਕੇ ਉਹਨੇ پاਗਲ ਹੋ ਜਾਣਾ ਮੈਂ ਸੀਰੀਅਸ ਗੱਲ ਕਰ ਰਿਹਾ ਓਏ ਹੋਏ ਹੋਏ ਉਹ ਭਾਈ ਤੂੰ ਤਾਂ ਬਹੁਤ ਹੀ ਸੀਰੀਅਸ ਗੱਲ ਕਰਦਾ ਇੱਕ ਵਾਰੀ ਪਹਿਲੇ ਵੀ ਤੂੰ ਮੈਨਾਂ ਸੀਰੀਅਸ ਗੱਲ ਕੀਤੀ ਸੀ ਤੇ ਸਾਰੀ ਦੁਨੀਆ ਨੇ ਉਹ ਸੀਰੀਅਸ ਲੈ ਲਈ ਸੀ ਬਸ ਖੁੱਤੇ ਐਡਮਿਨ ਨੇ